ਨਾਰਥ ਅਮਰੀਕਾ ਵਿੱਚ ਹੌਲੀਡੇ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਹੌਲੀਡੇ ਸੀਜ਼ਨ ਸ਼ੁਰੂ ਹੋਣ ਦੇ ਨਾਲ ਨਾਲ ਹੀ ਵੇਲਾ ਆਉਂਦਾ ਹੈ ਕ੍ਰਿਸਮਸ ਦਾ ਔਰ ਇਸ ਵੇਲੇ ਉਹ ਸਮਾਂ ਜੋ ਤੁਹਾਨੂੰ ਆਪਣੇ ਆਲੇ ਦੁਆਲੇ ਕਿਤੇ ਨਾ ਕਿਤੇ ਕ੍ਰਿਸਮਸ ਦੀ ਰੰਗਤ ਜ਼ਰੂਰ ਨਜ਼ਰ ਆਏਗੀ। ਤੁਹਾਡੇ ਆਲੇ ਦੁਆਲੇ ਰੰਗ ਬਿਰੰਗੀਆਂ ਲਾਈਟਸ ਦੇ ਨਾਲ ਲੱਦੇ ਹੋਏ ਕ੍ਰਿਸਮਸ ਟ੍ਰੀ ਤੁਹਾਨੂੰ ਕਿਤੇ ਨਾ ਕਿਤੇ ਨਜ਼ਰ ਆਉਣਗੇ ਔਰ ਇਹ ਸਮਾਂ ਹੁੰਦਾ ਹੈ ਇੱਕ ਦੂਜੇ ਨੂੰ ਤੋਹਫੇ ਦੇਣ ਦਾ। ਇਹਦੇ 'ਚ ਯੂਜ਼ਲੀ ਪੇਰੈਂਟਸ ਆਪਣੇ ਕਿਡਸ ਨੂੰ ਆਪਣੇ ਬੱਚਿਆਂ ਨੂੰ ਤੋਹਫੇ ਦਿੰਦੇ ਨੇ ਔਰ ਉਹਨਾਂ ਵਾਸਤੇ ਵੱਖ ਵੱਖ ਤਰ੍ਹਾਂ ਦੇ ਤੋਹਫੇ ਲੈ ਕੇ ਜਾਂਦੇ ਔਰ ਬੱਚਿਆਂ ਦੀ ਵੀ ਡਿਮਾਂਡ ਹੁੰਦੀ ਹੈ ਕਿ ਸਾਨੂੰ ਤੋਹਫੇ ਦਿੱਤੇ ਜਾਣ। ਪਰ ਕੈਨੇਡਾ ਦੇ ਅੰਦਰ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਨੇ ਜਿਹੜੇ ਲੋਅ ਇਨਕਮ ਪਰਿਵਾਰ ਨੇ ਉਹ ਅਫੋਰਡ ਨਹੀਂ ਕਰ ਸਕਦੇ ਆਪਣੇ ਬੱਚਿਆਂ ਦੇ ਵਾਸਤੇ ਟੋਇਜ਼। ਇਹੋ ਜਿਹੀਆਂ ਬਹੁਤ ਸਾਰੀਆਂ ਸੰਸਥਾਵਾਂ ਇੱਥੇ ਬਣੀਆਂ ਹੋਈਆਂ ਨੇ ਜਿਹੜੀਆਂ ਹਰ ਸਾਲ ਕ੍ਰਿਸਮਸ ਦੇ ਦਿਨਾਂ ਦੇ ਵਿੱਚ ਟੋਏ ਡਰਾਈਵ ਕਰਦੀਆਂ ਨੇ ਔਰ ਵੱਖ ਵੱਖ ਤਰ੍ਹਾਂ ਦੇ ਖਿਡੌਣੇ ਇਕੱਠੇ ਕਰਕੇ ਉਹਨਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਤੱਕ ਪਹੁੰਚਾਏ ਜਾਂਦੇ ਨੇ। ਮਿਲਟਨ ਦੇ ਵਿੱਚ ਇੱਕ ਟਾਈਗਰ ਜੀਤ ਸਿੰਘ ਫਾਊਂਡੇਸ਼ਨ ਹੈ ਜਿਹੜੀ ਬੜੇ ਲੰਬੇ ਸਮੇਂ ਤੋਂ ਇਹ ਕੰਮ ਕਰ ਰਹੀ ਹੈ ਔਰ ਹੁਣ ਉਹਨਾਂ ਦਾ ਲਗਾਤਾਰ ਇਹ ਤੀਸਰਾ ਸਾਲ ਹੈ ਉਹਨਾਂ ਨੇ ਟੋਏ ਡਰਾਈਵ ਅੱਜ ਰੱਖੀ ਹੋਈ ਹੈ। ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਇਸ ਬ੍ਰੇਕਫਾਸਟ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਖਿਡੌਣੇ ਇਕੱਠੇ ਕੀਤੇ ਔਰ ਜੋ ਪਹੁੰਚਾਏ ਜਾ ਰਹੇ ਨੇ ਉਹਨਾਂ ਗਰੀਬ ਪਰਿਵਾਰਾਂ ਤੱਕ। ਆਓ ਵੇਖਦੇ ਹਾਂ ਇਹਦਾ ਕੁਝ ਨਜ਼ਾਰਾ। ਕ੍ਰਿਸਮਸ ਤਿਉਹਾਰ ਹੈ ਬੱਚਿਆਂ ਦਾ, ਜਦੋਂ ਬੱਚਿਆਂ ਨੂੰ ਮਿਲਦਾ ਹੈ ਮੌਕਾ ਸੈਂਟਾ ਤੋਂ ਖਿਡੌਣੇ ਲੈਣ ਦਾ। ਪਰ ਕੁਝ ਬੱਚੇ ਅਜਿਹੇ ਵੀ ਨੇ ਜੋ ਮਾਲੀ ਹਾਲਤ ਦੇ ਚਲਦਿਆਂ ਇਸ ਤੋਂ ਵਾਂਝੇ ਰਹਿ ਜਾਂਦੇ ਨੇ। ਅਜਿਹੇ ਬੱਚਿਆਂ ਲਈ ਟਾਈਗਰ ਜੀਤ ਸਿੰਘ ਫਾਊਂਡੇਸ਼ਨ ਵੱਲੋਂ ਕ੍ਰਿਸਮਸ ਦੌਰਾਨ ਚਲਾਈ ਜਾਂਦੀ ਹੈ ਟੋਏ ਡਰਾਈਵ। ਟਾਈਗਰ ਜੀਤ ਸਿੰਘ ਫਾਊਂਡੇਸ਼ਨ ਵੱਲੋਂ ਅੱਜ ਟੋਏ ਡਰਾਈਵ ਕੀਤੀ ਜਾ ਰਹੀ ਹੈ। ਉਹ ਬਹੁਤ ਸਾਰੇ ਇੱਥੇ ਟੋਏਜ਼ ਇਕੱਠੇ ਕੀਤੇ ਨੇ। ਇਸ ਵੇਲੇ ਮੈਂ ਉਸ ਟਰੱਕ ਦੇ ਵਿੱਚ ਖੜ੍ਹਾਂ ਜਿੱਥੇ ਇਹ ਸਾਰੇ ਟੋਏਜ਼ ਪਏ ਨੇ ਔਰ ਬਹੁਤ ਸਾਰੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚੋਂ ਟੋਏਜ਼ ਲਿਆ ਕੇ ਉਹਨਾਂ ਗਰੀਬ ਬੱਚਿਆਂ ਵਾਸਤੇ ਡੋਨੇਟ ਕੀਤੇ ਨੇ। ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਜਿਹੜਾ ਟਰੱਕ ਜਿਹਦੇ 'ਚ ਅਸੀਂ ਖੜ੍ਹੇ ਹਾਂ ਇਹਦੇ ਨਾਲ ਦੇ ਬਹੁਤ ਸਾਰੇ ਟਰੱਕ ਇੱਥੋਂ ਜਾ ਚੁੱਕੇ ਨੇ ਔਰ $1,00,000 ਤੋਂ ਉੱਪਰ ਦੀ ਅੱਜ ਡੋਨੇਸ਼ਨ ਇਕੱਠੀ ਹੋਈ ਹੈ। $1,00,000 ਤੋਂ ਉੱਪਰ ਦੇ ਵਰਥ ਦੇ ਅੱਜ ਇੱਥੇ ਜਿਹੜੇ ਟੋਏਜ਼ ਨੇ ਉਹ ਇਕੱਠੇ ਕੀਤੇ ਗਏ ਨੇ। ਬਹੁਤ ਸਾਰੇ ਲੋਕ ਘਰਾਂ 'ਚੋਂ ਆਪਣੇ ਟੋਏਜ਼ ਲੈ ਕੇ ਆ ਰਹੇ ਨੇ ਔਰ ਗਰੀਬ ਬੱਚਿਆਂ ਨੂੰ ਡੋਨੇਟ ਕਰ ਰਹੇ ਨੇ। ਇੱਥੋਂ ਸਾਰਾ ਜਿੰਨੇ ਵੀ ਟੋਏਜ਼ ਇੱਥੋਂ ਇਕੱਠੇ ਹੋਣਗੇ ਉਹ ਸਾਲਵੇਸ਼ਨ ਆਰਮੀ ਨੂੰ ਡੋਨੇਟ ਕੀਤੇ ਜਾਣਗੇ ਔਰ ਸਾਲਵੇਸ਼ਨ ਆਰਮੀ ਉਹਨਾਂ ਗਰੀਬ ਬੱਚਿਆਂ ਤੱਕ ਇਹਨਾਂ ਟੋਏਜ਼ ਨੂੰ ਪਹੁੰਚਾਏਗੀ। None of this would be possible without Troy, who is namesake of the Troy's Toy Drive, and his hard-working team here. Troy, keep working hard what you're doing. Believe on me, I think we're going to break the record this time, you know. Yeah. We were expecting 100,000, we're trying over 100,000. ਬੀਤੇ ਸਾਲ ਦੀ ਡਰਾਈਵ ਵਿੱਚ $1,00,000 ਤੇ ਖਿਡੌਣੇ ਇਕੱਠੇ ਕੀਤੇ ਗਏ ਤੇ ਇਸ ਵਾਰ ਇਸ ਤੋਂ ਦੁੱਗਣੇ ਖਿਡੌਣੇ ਤੇ ਰਾਸ਼ੀ 71 ਹੋਈ, ਜੋ ਕਿ ਟੋਰਾਂਟੋ ਵਾਸੀਆਂ ਦੀ ਸੇਵਾ ਭਾਵਨਾ ਵੀ ਦਰਸਾਉਂਦੀ ਹੈ। ਟਾਈਗਰ ਸਾਹਿਬ ਜੀ ਆਇਆਂ ਨੂੰ ਪੀਟੀਸੀ ਨਿਊਜ਼ ਵੱਲੋਂ, ਕਿੱਥੋਂ ਆਈ ਹੈ ਤੁਹਾਡੇ ਦਿਮਾਗ ਦੇ ਵਿੱਚ ਇਹ ਸੋਚ ਕਿ ਇਹਨਾਂ ਗਰੀਬ ਬੱਚਿਆਂ ਵਾਸਤੇ ਇਹ ਕਾਜ਼ ਕੀਤਾ ਜਾਵੇ? ਇਹ ਫਾਊਂਡੇਸ਼ਨ ਆਪਾਂ ਤੇਜਵੀਰ ਕੋ ਅਬਾਊਟ 4 ਸਾਲ ਤੋਂ ਕੈਨੇਡਾ ਸ਼ੁਰੂ ਕੀਤੀ ਹੈਗੀ। ਠੀਕ ਹੈ, ਪਹਿਲਾਂ ਐਵਰੀਬਾਡੀ ਵਾਂਟ ਮੇਕ ਮਨੀ ਜੀ, ਮੈਂ ਵੀ ਇੱਥੇ ਆਇਆ ਸੀਗਾ, ਪੈਸੇ ਵੱਲ ਬਹੁਤਾ ਖਿਆਲ ਸੀ। ਪਰ ਜਦੋਂ ਦਾ ਮੇਰਾ ਗ੍ਰੈਂਡਸਨ ਉਹ ਲੁਕੀਮੀਆ ਨੂੰ ਡਾਇਗਨੋਸ ਹੋ ਗਿਆ ਸੀਗਾ, ਇਹਨੂੰ ਹੀ ਵਾਜ਼ 5 ਈਅਰ ਓਲਡ ਕੈਨੇਡਾ 'ਚ, ਅਤੇ ਅਸੀਂ ਉਹਨੂੰ ਸਿਕਚਰ ਹਸਪਤਾਲ ਲੈ ਕੇ ਗਏ ਅਤੇ ਅਸੀਂ ਬਹੁਤ ਦੁਖੀ ਸੀ। ਉਹ ਬਲੀ ਬਾਲੀ ਵੀ ਜਿਵੇਂ ਨਾ ਆਪਣੇ ਬੱਦਲ ਪਰਿਵਾਰ 'ਤੇ ਅੱਗੇ ਛਾ ਗਏ, ਕਾਲੇ ਬੱਦਲ ਅੱਗੇ ਛਾ ਗਏ, ਸਾਡਾ ਬਹੁਤ ਬੁਰਾ ਹਾਲ ਸੀ। ਅਤੇ ਅਸੀਂ ਉਹ ਫਿਰ ਆਪਣੇ ਸਿਕਚਰ ਹੋਸਪਿਟਲ 'ਚ ਜਾ ਕੇ ਉਹਦਾ ਇਲਾਜ ਕਰਾਇਆ ਅਤੇ ਬਾਬੇ ਅੱਗੇ ਅਰਦਾਸਾਂ ਕੀ ਸੱਚਾ ਪਾਤਸ਼ਾਹ ਬਖਸ਼ਿਸ਼ ਕਰ ਵੀ ਉਹਦੀ ਠੀਕ ਹੈ ਵੀ ਜ਼ਿੰਦਗੀ ਬਖਸ਼ ਉਹਦੀ, ਅਤੇ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹੈਗੇ ਹਾਂ ਐਜ਼ ਏ ਇਨਸਾਨ, ਮਤਲਬ ਆਪਾਂ ਪ੍ਰਾਰਥਨਾ ਕਰ ਸਕਦੇ ਹੈਗੇ ਇਹਨੂੰ ਵੀ ਅਸੀਂ ਇਹ ਸੇਵਾ ਜ਼ਰੂਰ ਕਰਾਂਗੇ ਜੀ।
ਜਿੰਨਾ ਬੱਚੇ ਦੀ ਸੇਵਾ ਹੋ ਸਕੇ ਉਨੀ ਥੋੜ੍ਹੀ ਆ, ਕਿਉਂਕਿ ਉੱਥੇ ਜਾ ਕੇ ਪਤਾ ਲੱਗਦਾ ਮੈਂ ਕਹਿੰਦਾ ਮੈਂ ਦੁਖੀ ਹਾਂ, ਉਹ ਕਹਿੰਦੇ ਨਾਨਕ ਦੁਖੀ ਆ ਸਭ ਸੰਸਾਰ, ਉੱਥੇ ਦੁਨੀਆ ਦੁਖੀ ਤੋਂ ਦੁਖੀ ਬੈਠੀ ਹੈ। ਇੱਕ ਤਾਂ ਤੁਸੀਂ ਇਕੱਠੇ ਕਰਦੇ ਹੋ ਖਿਡੌਣੇ, ਤੁਹਾਡੀ ਟਾਈਗਰ ਜੀ ਸਿੰਘ ਫਾਊਂਡੇਸ਼ਨ, ਦੂਸਰਾ ਟਰਾਏ, ਹਾਂਜੀ ਇਹ ਇਕੱਠੇ ਕਰਦੇ ਨੇ ਖਿਡੌਣੇ ਨਾਲ ਜਿਹੜੀ ਪਹਿਲਾਂ ਤੋਂ ਚੱਲਦੀ ਫਾਊਂਡੇਸ਼ਨ, ਔਰ ਉਸ ਤੋਂ ਬਾਅਦ ਲੋਕ ਆਪਣੇ ਤੌਰ ਦੇ ਉੱਤੇ ਵੀ ਥੋੜ੍ਹੇ ਬਹੁਤ ਲੈ ਕੇ ਆਏ ਨੇ। ਤੁਸੀਂ ਦੱਸਿਆ ਕਿ ਦੋਸਤ ਖਿਡਾਰੀ ਕੋਈ ਦੇ ਕੇ ਗਿਆ, ਅੱਗੇ ਕੀ ਪ੍ਰੋਸੀਜਰ ਹੈ, ਤੁਸੀਂ ਡਿਸਟ੍ਰੀਬਿਊਟ ਕਿੱਦਾਂ ਕਰਦੇ ਹੋ ਆਮ ਲੋਕਾਂ ਤੱਕ, ਉਹਨਾਂ ਗਰੀਬ ਪਰਿਵਾਰਾਂ ਤੱਕ, ਲੋ ਇਨਕਮ ਪਰਿਵਾਰਾਂ ਤੱਕ, ਇਹ ਕਿੱਦਾਂ ਪਹੁੰਚਦੇ ਆ ਜੀ? ਹੁਣ ਜਿਵੇਂ ਸਿੱਖ ਚਿਲਡਰਨ ਹਸਪਤਾਲ ਹੈਗਾ, ਆਪਾਂ ਉੱਥੇ ਜਾ ਕੇ ਜਿਵੇਂ ਟ੍ਰੇਲਰ ਭਰ ਕੇ ਆਪਾਂ ਉੱਥੇ ਛੱਡੇ ਹੋਣੇ ਆ, ਫਿਰ ਉਹਨਾਂ ਦਾ ਕੰਮ ਅੱਗੇ ਪੈਕੇਜ ਵਗੈਰਾ ਬਣਾ ਕੇ ਅੱਗੇ ਡਿਸਟ੍ਰੀਬਿਊਟ ਕਰਨਾ ਜੀ। ਸੋਲੇ ਮੇਰੇ ਨਾਲ ਉਹ ਬੰਦਾ ਜਿਹਦੇ ਨਾਂ ਦੇ ਉੱਤੇ ਫਾਊਂਡੇਸ਼ਨ ਹੈ, ਟ੍ਰੋਏ ਆਊਟ, ਆਪਾਂ ਕੁਝ ਸਮੇਂ ਲਈ ਗੱਲਬਾਤ ਕਰਦੇ ਹਾਂ। ਟ੍ਰੋਏ, ਵੈਲਕਮ ਟੂ ਪੀਡੀਸੀ ਨਿਊਜ਼। ਸਤਿ ਸ਼੍ਰੀ ਅਕਾਲ। ਉਹ ਸਤਿ ਸ਼੍ਰੀ ਅਕਾਲ। What do you want to say about this event? Just want to say thank you to everyone that's been helping. The Tigers have been absolutely amazing. You couldn't get better friends to help with this. It's just been wonderful. All the toys go to Salvation Army, Halton Women's Place, Sick Kids Hospital and McMaster Hospital, and it's all through the Tiger Jeet Singh Foundation. ਇਸ ਮੌਕੇ ਟਾਈਗਰ ਅਲੀ ਸਿੰਘ ਸੈਂਟਾ ਕਲੌਸ ਬਣ ਬੱਚਿਆਂ ਨਾਲ ਖੇਡਦੇ ਨਜ਼ਰ ਆਏ। ਇਸ ਮੌਕੇ ਤੇ ਖਾਸ ਤੌਰ ਤੇ ਕੈਰਲਸ ਵੀ ਗਾਏ ਗਏ। ਇਹ ਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼ ਕ੍ਰਿਸਮਸ ਦੇ ਸੰਬੰਧ ਵਿੱਚ। ਇਹਦੇ 'ਚ ਅਸੀਂ ਤੁਹਾਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿੱਥੇ ਇੱਕ ਪਾਸੇ ਹੌਲੀਡੇ ਸੀਜ਼ਨ ਦੀਆਂ, ਕ੍ਰਿਸਮਸ ਸੀਜ਼ਨ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ, ਬਹੁਤ ਸਾਰੇ ਲੋਕ ਇਸ ਸੀਜ਼ਨ ਨੂੰ ਇੰਜੋਏ ਕਰ ਰਹੇ ਨੇ, ਅਤੇ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਨੇ, ਬਹੁਤ ਸਾਰੇ ਇਹੋ ਜਿਹੇ ਗਰੀਬ ਪਰਿਵਾਰ ਨੇ ਜਿਹੜੇ ਆਪ ਅਤੇ ਉਹਨਾਂ ਦੇ ਬੱਚੇ ਇਸ ਸੀਜ਼ਨ ਨੂੰ ਚੰਗੀ ਤਰ੍ਹਾਂ ਰੱਜ ਕੇ ਸੈਲੀਬ੍ਰੇਟ ਨਹੀਂ ਕਰ ਸਕਦੇ। ਦੂਸਰੇ ਪਾਸੇ ਇਹੋ ਜਿਹੀਆਂ ਕੁਝ ਸੰਸਥਾਵਾਂ ਬਣੀਆਂ ਹੋਈਆਂ ਨੇ ਜਿਹੜੀਆਂ ਇਹਨਾਂ ਬੱਚਿਆਂ ਦੇ, ਇਹਨਾਂ ਦੇ ਚਾਵਾਂ ਦਾ, ਉਮੰਗਾਂ ਦਾ ਖਾਸ ਖਿਆਲ ਰੱਖਦੀਆਂ ਨੇ, ਔਰ ਅਸੀਂ ਇਹ ਆਸ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਵੀ ਇਹ ਸੰਸਥਾਵਾਂ ਵੱਧ ਚੜ ਕੇ ਉਹਨਾਂ ਪਰਿਵਾਰਾਂ ਦੀ, ਉਹਨਾਂ ਬੱਚਿਆਂ ਦੀ ਹੈਲਪ ਕਰਦੀਆਂ ਰਹਿਣ। ਕੈਮਰਾਮੈਨ ਸਰਵਣ ਸਿੰਘ ਦੇ ਨਾਲ ਤੇਜਵੀਰ ਸਿੰਘ ਤੋਗਾ, ਪੀ ਟੀ ਸੀ ਨਿਊਜ਼, ਮਿਲਟਨ, ਕੈਨੇਡਾ।